ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀਵਾਲੀਆ, ਹਨੀਵਾਲੀਆ ਸ਼ੋਅਜ਼ ਦੇ ਵਿੱਚ ਤੁਹਾਡਾ ਸਵਾਗਤ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਪ੍ਰੋਗਰਾਮਾਂ ਦੇ ਰਾਹੀਂ ਅਸੀਂ ਅਲੱਗ ਅਲੱਗ ਟੌਪਿਕਸ ਦੇ ਉੱਤੇ ਡਿਸਕਸ ਕਰਦੇ ਹਾਂ। ਸਾਡੇ ਨਾਲ ਚਾਹੇ ਰੀਅਲ ਸਟੇਟ ਇੰਡਸਟਰੀ ਦੀ ਗੱਲ ਕੀਤੀ ਜਾਵੇ, ਮੋਰਗੇਜ ਇੰਡਸਟਰੀ ਦੀ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕੀਤੀ ਜਾਵੇ, ਕਰੰਟ ਅਫੇਅਰਸ ਦੇ ਉੱਤੇ ਗੱਲ ਕੀਤੀ ਜਾਵੇ, ਤਾਂ ਸਾਡੇ ਅਲੱਗ ਅਲੱਗ ਪ੍ਰੋਗਰਾਮ ਦੋਸਤੋ ਤੁਸੀਂ ਸਾਡੇ ਹਨੀਵਾਲੀਆ ਸ਼ੋਅਜ਼ 'ਤੇ ਦੇਖ ਸਕਦੇ ਹੋ। ਸਾਡਾ ਚੰਡੀਗੜ੍ਹ ਸਟੂਡੀਓ ਅਤੇ ਐਡਮਿੰਟਨ ਸਟੂਡੀਓ ਦੇ ਨਾਲ ਸਾਡੇ ਜਿਹੜੇ ਗੈਸਟ ਜੁੜਦੇ ਨੇ, ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਆਪਣੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕਰਦੇ ਹਾਂ। ਤਾਂ ਦੋਸਤੋ, ਅੱਜ ਸਾਡੇ ਨਾਲ ਜੁੜੇ ਨੇ, ਅੱਜ ਦਾ ਦਿਨ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕਿ ਟਿਊਜ਼ਡੇ ਨੂੰ ਅਸੀਂ ਰੀਅਲ ਸਟੇਟ ਦੇ ਉੱਤੇ ਡਿਸਕਸ ਕਰਦੇ ਹਾਂ। ਅੱਜ ਸਾਡੇ ਨਾਲ ਮਿਸਟਰ ਹੈਰੀ ਨਕਈ ਜੁੜੇ ਨੇ ਜਿਹੜੇ ਕਿ ਮੈਕਸਵੈਲ ਪੋਲੈਰਿਸ ਨੂੰ ਰਿਪ੍ਰੈਜ਼ੈਂਟ ਕਰਦੇ ਹੈ। ਉਹਨਾਂ ਦੀ ਜਿਹੜੀ ਹੈਗੀ ਹੈ ਐਡਮਿੰਟਨ ਦੇ ਵਿੱਚ ਘਰ ਖਰੀਦਣ ਵੇਚਣ ਦੇ ਉੱਤੇ ਕੁਝ ਖਾਸ ਲਿਸਟਿੰਗਸ ਤੁਹਾਡੇ ਸਾਹਮਣੇ ਸ਼ੋਅ ਕਰਨਗੇ, ਤੁਹਾਨੂੰ ਲਿਸਟਿੰਗਸ ਦੇ ਬਾਰੇ ਜਾਣਕਾਰੀ ਦੇਣਗੇ। ਅਤੇ ਐਡਮਿੰਟਨ ਦੀ ਗੱਲ ਕਰੀਏ, ਜਿਹੜੀ ਪਿਛਲੇ ਆਪਾਂ ਸਾਲ ਦੀ ਗੱਲ ਕਰ ਲਈਏ, ਚਾਹੇ ਕੋਵਿਡ ਦੇ ਦੌਰਾਨ ਗੱਲ ਕਰ ਲਈ, ਕਿ ਰੀਅਲ ਸਟੇਟ ਮਾਰਕੀਟ ਦਾ ਜਿਹੜਾ ਹੈਗਾ ਇੱਕ ਸਪੀਡ ਤੇਜ਼ ਬਰ ਤੇਜ਼ ਹੁੰਦੀ ਜਾ ਰਹੀ ਹੈ, ਉਹਦੇ ਉੱਤੇ ਡਿਸਕਸ਼ਨ ਕਰਾਂਗੇ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਏਗਾ, ਡਾਇਰੈਕਟਲੀ ਤੁਸੀਂ ਹੈਰੀ ਨਕਈ ਜੀ ਨੂੰ ਵੀ ਕੰਟੈਕਟ ਕਰ ਸਕਦੇ ਹੋ, ਇਹਨਾਂ ਦਾ ਹੈਲਪਲਾਈਨ ਨੰਬਰ ਰੈਗੂਲਰ ਸਕਰੀਨ ਦੇ ਉੱਤੇ ਜਾ ਰਹੀ ਹੈ। ਤਾਂ ਹੈਰੀ ਭਾਅ ਜੀ, ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤਾਂ ਦੋਸਤੋ, ਨੰਬਰ ਤੁਸੀਂ ਨੋਟ ਕਰ ਸਕਦੇ ਹੋ 7802630085 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਗੱਲਬਾਤ ਅੱਜ ਕੁਝ ਲਿਸਟਿੰਗਸ ਦੇ ਉੱਤੇ ਕਰਾਂਗੇ, ਖਾਸ ਆਪਾਂ ਇਹਨਾਂ ਨੇ ਸਮਰ ਸਾਈਡ ਦੀ ਗੱਲ ਕੀਤੀ ਹੈ, ਜਾਂ ਆਪਾਂ ਗੱਲ ਕਰਾਂਗੇ ਹੋਰ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਦੇ ਲਈ ਲਿਸਟਿੰਗਸ ਕਿਹੜੀਆਂ ਨੇ, ਨੌਰਥ ਸਾਈਡ ਦੇ ਵਿੱਚ ਕੁਝ ਖਾਸ ਲਿਸਟਿੰਗ ਦੇ ਉੱਤੇ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਹੈਰੀ ਭਾਅ ਜੀ, ਜਿੱਦਾਂ ਕਿ ਹੁਣ ਤੁਸੀਂ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਲਾਂ ਤੋਂ, ਲੇਕਿਨ ਬਤੌਰ ਐਜ਼ ਏ ਰੀਅਲਟਰ ਦੀ ਗੱਲ ਕਰੀਏ, ਐਕਸਪੀਰੀਅੰਸ ਤੁਹਾਨੂੰ ਰੀਅਲ ਸਟੇਟ ਇੰਡਸਟਰੀ ਦਾ ਕਾਫੀ ਸਾਲਾਂ ਦਾ ਹੈਗਾ, ਰੀਅਲ ਸਟੇਟ ਦੇ ਵਿੱਚ ਹੁਣ ਤੁਸੀਂ ਐਜ਼ ਏ ਰੀਅਲਟਰ ਮਾਰਕੀਟ ਦੇ ਵਿੱਚ ਉਤਰੇ ਹੋ, ਕੀ ਕੁਛ ਨਵਾਂ ਲੈ ਕੇ ਆਏ ਹੋ, ਕੀ ਮਾਰਕੀਟ ਦੇ ਲਈ ਸਾਡੇ ਵਿਊਅਰਸ ਦੇ ਲਈ, ਜਾਂ ਜਿਹੜੇ ਕਲਾਇੰਟਸ ਨੇ ਜਿਹੜੇ ਕਿ ਘਰ ਆਪਣਾ ਖਰੀਦਣਾ ਚਾਹੁੰਦੇ ਆ ਜਾਂ ਵੇਚਣਾ ਚਾਹੁੰਦੇ ਆ, ਕਿਸ ਤਰ੍ਹਾਂ ਦੀ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਨ ਦੇ ਲਈ ਜਿਹੜੀ ਹੈਗੀ ਇਸ ਮਾਰਕੀਟ ਦੇ ਵਿੱਚ ਆਏ ਹੋ? ਬਿਲਕੁਲ ਭਾਅ ਜੀ, ਜਿਹੜੀ ਤੁਸੀਂ ਗੱਲ ਕਹੀ, ਜਸਟ ਵਾਂਟ ਟੂ ਲੈਟ ਯੂ ਨੋ ਕਿ ਮੈਨੂੰ 10 ਸਾਲ ਦਾ ਐਕਸਪੀਰੀਅੰਸ ਹੈਗਾ ਰਫਲੀ ਹੁਣ ਜਿਹੜਾ ਰੀਅਲ ਅਸਟੇਟ ਕਹਿ ਲਓ ਜਾਂ ਕੰਸਟਰਕਸ਼ਨ ਇੰਡਸਟਰੀ 'ਚ ਕਹਿ ਲਓ। ਮੈਂ ਆਪਣਾ ਜਸਟ ਬੈਕਗ੍ਰਾਉਂਡ ਦੱਸੂਗਾ ਕਿ ਆਈ ਵਰਕ ਵਿਦ ਡਿਊਰੇਬਲ ਵਿੰਡੋਜ਼ ਐਂਡ ਡੋਰਸ, 4.5 ਸਾਲ ਮੈਂ ਉੱਥੇ ਕੰਮ ਕੀਤਾ ਹੈ, ਮੈਂ ਬਿਲਡਰਸ ਨਾਲ ਕੰਮ ਕੀਤਾ 3.5 ਸਾਲ ਤੋਂ, ਰਾਈਟ। ਸੋ ਹੁਣ ਰੀਅਲਟਰਸ ਆਨ ਦਾ ਐਜ਼ ਅ ਰੀਅਲਟਰ ਆਨ ਦਾ ਇਹ ਐਡਵਾਂਟੇਜ ਸੀਗਾ ਕਿ ਮੇਰਾ ਬੈਕਗ੍ਰਾਉਂਡ ਇਹ ਸੀਗਾ, ਸੋ ਮੈਂ ਕਾਫੀ ਘਰ ਵੇਚੇ ਨੇ, ਖਾਸ ਕਰ ਆਪਣੇ ਏਰੀਆ ਦੇ ਵਿੱਚ, ਜਿਵੇਂ ਆਪਾਂ ਮਿਲਵੁੱਡ ਏਰੀਆ ਦੇ ਵਿੱਚ ਗੱਲ ਕਰਦੇ ਹਾਂ, ਜਾਂ ਫਿਰ ਆਪਾਂ ਗੱਲ ਕਰੀਏ ਲੋਰਲ ਏਰੀਆ ਦੇ ਵਿੱਚ ਐਜ਼ ਅ ਬਿਲਡ, ਮੈਂ ਆਈ ਵਾਜ਼ ਵਰਕਿੰਗ ਵਿਦ ਦ ਬਿਲਡਰ, ਸੋ ਆਈ ਵਰਕਡ ਪ੍ਰੀਟੀ ਮੱਚ ਇਨ ਦੈਟਸ ਏਰੀਆ। ਸੋ ਮੈਨੂੰ ਇਹ ਇੱਕ ਐਡਵਾਂਟੇਜ ਸੀਗਾ ਕਿ ਮੇਰੇ ਕਸਟਮਰਸ ਕਾਫੀ ਨੇ ਆਲਰੇਡੀ, ਰਾਈਟ। ਸੋ ਮੈਂ ਕਿਹਾ ਯਾਰ ਵਾਈ ਨੋਟ ਹੈਲਪ ਦੈਮ, ਵਾਈ ਡੋਂਟ ਬੀ ਇਨ ਦੈਟ ਇੰਡਸਟਰੀ ਐਂਡ ਹੈਲਪ ਪੀਪਲ, ਐਂਡ ਮੇਰਾ ਆਪਣਾ ਕੋਰ ਵੀ ਹੈਗਾ, ਸੋ ਦੈਟਸ ਵਾਈ ਆਈ ਕੇਮ ਇਨਟੂ ਰੀਅਲ ਅਸਟੇਟ ਬਿਜ਼ਨਸ, ਰਾਈਟ ਜੀ। ਇਹਦੇ ਵਿੱਚ ਤੁਸੀਂ ਆਪਾਂ ਟੀਮ ਦੀ ਗੱਲ ਕਰ ਰਹੇ ਸੀ ਕਿ ਤੁਸੀਂ ਕਿਹਾ ਸੀ ਵੀ ਮੈਂ ਇੱਕ ਟੀਮ ਵਰਕ ਸਟਾਰਟ ਕੀਤਾ ਹੈਗਾ। ਆਮ ਤੌਰ 'ਤੇ ਦੇਖਦੇ ਹਾਂ ਕਿ ਇੱਕ ਰੀਅਲ ਅਸਟੇਟ ਦੇ ਵਿੱਚ ਆਪਾਂ ਰੀਅਲਟਰਸ ਦੀ ਗੱਲ ਕਰ ਲਈਏ, ਮੋਰਗੇਜ ਐਕਸਪਰਟ ਜਾਂ ਕਿਸੇ ਦੀ ਵੀ ਗੱਲ ਕਰੀਏ, ਇੰਡੀਵਿਜੁਅਲੀ ਉਹ ਕੰਮ ਕਰ ਰਹੇ ਹੁੰਦੇ ਨੇ, ਬਹੁਤ ਵਧੀਆ ਕੰਮ ਕਰ ਰਹੇ ਹਾਂ, ਇੱਕ ਟੀਮ ਬਣਾਉਣ ਦਾ ਕੀ ਮਕਸਦ ਹੈ ਤੁਹਾਡਾ, ਕਿ ਤੁਸੀਂ ਇੱਕ ਟੀਮ ਦੇ ਰਾਹੀਂ ਕੰਮ ਕਰ ਰਹੇ ਹੋ, ਉਹਦੇ ਵਿੱਚ ਕੀ ਡਿਫਰੈਂਸ ਡਿਫਰੈਂਟ ਸਰਵਿਸਿਜ਼ ਹੋਣਗੀਆਂ, ਵੀ ਟੀਮ ਦਾ ਕੀ ਫਾਇਦਾ ਹੋਏਗਾ, ਇੱਕ ਅਗਰ ਕਲਾਇੰਟ ਤੁਹਾਡੇ ਨਾਲ ਜੁੜਦਾ ਜਾਂ ਸੈਲਰ ਜੁੜਦਾ ਜਾਂ ਬਾਇਰ ਜੁੜਦਾ, ਉਹ ਤੁਹਾਡੇ ਨਾਲ ਟੀਮ ਦੇ ਦੌਰਾਨ, ਮਤਲਬ ਕਿ ਇੱਕ ਤੁਹਾਡੀ ਟੀਮ ਦੇ ਨਾਲ ਮਿਲ ਕੇ ਕੀ ਫਾਇਦਾ ਹੋਏਗਾ ਉਹਨੂੰ? ਭਾਅ ਜੀ, ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਕਿ ਜਿਹੜੀ ਸਾਡੀ ਟੀਮ ਹੈਗੀ ਹੈ, ਵੀ ਆਰ 3 ਪੀਪਲ, ਹਰਪ੍ਰੀਤ ਗਿੱਲ ਜਾਣੇ ਮਾਣੇ ਰੀਅਲਟਰ ਹੈਗੇ ਸ਼ਹਿਰ ਦੇ, ਕਮਲ ਕੰਗ ਜੀ ਹੈਗੇ, ਉਹਨਾਂ ਨੂੰ ਵੀ ਮੈਂ ਬਹੁਤ ਸਾਲਾਂ ਤੋਂ ਜਾਣਦਾ ਹਾਂ। ਮੈਂ ਹਰਪ੍ਰੀਤ ਜੀ ਨਾਲ ਉਦੋਂ ਵੀ ਕੰਮ ਕਰ ਰਿਹਾ ਸੀ ਜਦੋਂ ਮੈਂ ਹੋਮ ਇੰਸਪੈਕਟਰ ਸੀਗਾ, ਸੋ ਆਈ ਐਮ ਲਾਇਸੈਂਸਡ ਹੋਮ ਇੰਸਪੈਕਟਰ ਐਸ ਵੈਲ, ਰਾਈਟ। ਸੋ ਇਹਨਾਂ ਦੀ ਟੀਮ, ਅਸੀਂ ਤਿੰਨਾਂ ਜਾਣਿਆਂ ਨੇ ਮਿਲ ਕੇ ਇੱਕ ਟੀਮ ਬਣਾਈ। ਬੇਸਿਕਲੀ ਇੱਕ ਬੰਦਾ ਟੀਮ 'ਚ, ਇੱਕ ਬੰਦਾ ਕੰਮ ਕਰਦਾ ਐਜ਼ ਅ ਰੀਅਲਟਰ, ਉਹ ਇੱਕ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦਾ, ਉਹਦਾ ਆਪਣਾ ਇੱਕ ਸਟਾਈਲ ਹੈਗਾ ਆ, ਰਾਈਟ। ਜਦੋਂ ਆਪਣਾ ਟੀਮ 'ਚ ਕੰਮ ਕਰਦੇ ਹਾਂ ਹਨੀ ਜੀ, ਸਭ ਬੈਸਟ ਥਿੰਗ ਹੈ ਕਿ ਇੱਕ ਤਾਂ ਆਪਣੀ ਸਟਰੈਂਥ ਬਹੁਤ ਵੱਧ ਜਾਂਦੀ ਹੈ, ਸਾਡੀ ਨੌਲੇਜ ਵੱਧ ਜਾਂਦੀ ਹੈ, ਪ੍ਰੋਡਕਟ ਨੌਲੇਜ ਟੀਮ ਨੂੰ ਜ਼ਿਆਦਾ ਹੁੰਦੀ ਹੈ, ਐਕਸਪੀਰੀਅੰਸ ਰੀਅਲਟਰਸ ਨੂੰ ਜ਼ਿਆਦਾ ਹੁੰਦੀ ਹੈ। ਮੈਂ ਤੁਹਾਨੂੰ ਦੱਸਾਂਗਾ ਕਿ ਹਰਪ੍ਰੀਤ ਗਿੱਲ ਜੀ ਜਿਹੜੇ ਹੈਗੇ ਆ ਉਹ ਪ੍ਰੈਜ਼ੀਡੈਂਟ ਅਵਾਰਡ ਵਿਨਰ ਹੈਗੇ ਨੇ ਮੈਕਸਵੈਲ ਦੇ ਵਿੱਚ, ਰਾਈਟ। ਸੋ ਉਹਨਾਂ ਨੂੰ ਕੰਮ ਕਰਦੇ ਮੇਰੇ ਖਿਆਲ ਨਾਲ 6-7 ਸਾਲ ਹੋ ਚੁੱਕੇ ਹਨ ਮਾਰਕੀਟ ਇੰਡਸਟਰੀ ਦੇ ਵਿੱਚ। ਇਸ ਤੋਂ ਪਹਿਲਾਂ ਉਹ ਰੀਅਲਟਰ ਸੀਗੇ ਸਕੌਟ ਅਗੇਨ, ਇਸ ਤੋਂ ਪਹਿਲਾਂ ਉਹ ਮੌਰਗੇਜ ਸਪੈਸ਼ਲਿਸਟ ਸੀਗੇ, ਰਾਈਟ, RBC ਬੈਂਕ ਦੇ ਵਿੱਚ। ਸੋ ਦੈਟਸ ਵਾਈ ਸ਼ੀ ਹੈਜ਼ ਪ੍ਰੀਟੀ ਗੁੱਡ ਐਕਸਪੀਰੀਅੰਸ ਇਨ ਦਾ ਮਾਰਕੀਟ, ਰਾਈਟ। ਸੋ ਉਹਨਾਂ ਨਾਲ ਟੀਮ ਜੁਆਇਨ ਜਦੋਂ ਕੀਤੀ, ਮੇਰੇ ਲਈ ਇੱਕ ਐਡਵਾਂਟੇਜ ਸੀਗਾ ਕਿ ਮੈਨੂੰ ਸਿੱਖਣ ਨੂੰ ਹੋਰ ਮਿਲੇਗਾ, ਰਾਈਟ। ਸੋ ਦੈਟਸ ਵਾਈ ਵੀ ਆਰ ਵਰਕਿੰਗ ਐਜ਼ ਅ ਟੀਮ, ਵਿਚ ਵਿਲ ਬੀ ਐਡਵਾਂਟੇਜਸ ਫਾਰ ਐਵਰੀ ਕਸਟਮਰ ਜਿਹੜੇ ਸਾਡੇ ਨਾਲ ਜੁੜਨਗੇ, ਜਿਹੜੇ ਸਾਡੀ ਐਕਸਪੀਰੀਅੰਸ ਤੋਂ ਫਾਇਦਾ ਚੱਕਣਗੇ, ਉਹਨਾਂ ਲਈ ਵੀ ਐਡਵਾਂਟੇਜਸ ਹੋਏਗਾ।
ਰਾਈਟ ਬਿਲਕੁਲ ਤਾਂ ਦੋਸਤੋ ਤੁਸੀਂ ਹੈਰੀ ਨਕਈ ਜੀ ਅਤੇ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਜਿੱਦਾਂ ਕਿ ਹਰਪ੍ਰੀਤ ਗਿੱਲ ਜੀ ਦਾ ਅਤੇ ਕਮਲ ਕੰਗ ਜੀ ਅਤੇ ਨਾਲੇ ਹੈਰੀ ਨਕਈ ਜੀ ਦੇ ਨਾਲ ਤੁਸੀਂ ਅਗਰ ਕੋਈ ਵੀ ਕੋਂਟੈਕਟ ਕਰਨਾ ਚਾਹੁੰਦੇ ਹੋ ਇਹਨਾਂ ਦੀ ਕੋਂਟੈਕਟ ਡਿਟੇਲਸ ਰੈਗੂਲਰ ਸਕਰੀਨ ਦੇ ਉੱਤੇ ਜਾ ਰਹੀਆਂ ਅਸੀਂ ਕੁਛ ਇਹਨਾਂ ਦੀਆਂ ਲਿਸਟਿੰਗਸ ਦੇ ਰਾਹੀਂ ਵੀ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰੈਗੂਲਰ ਲਾਈਵ ਹੋ ਕੇ ਕੁਛ ਉਹਨਾਂ ਜਿੱਥੇ ਕਿ ਕੁਛ ਸ਼ੋ ਜਿਹੜੇ ਹੈਗੇ ਨੇ ਘਰ ਸੇਲ 'ਤੇ ਲੱਗੇ ਹੁੰਦੇ ਨੇ ਜਾਂ ਘਰ ਜਿਹੜੇ ਹੈਗੇ ਨੇ ਤੁਸੀਂ ਅਸੀਂ ਤੁਹਾਨੂੰ ਲਾਈਵ ਹੋ ਕੇ ਉਹ ਘਰ ਵੀ ਦਿਖਾਵਾਂਗੇ ਲੇਕਿਨ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਰੈਗੂਲਰ ਬਲ ਸਕਦੇ ਹੋ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਕਿ ਐਡਮਿੰਟਨ ਜਾਂ ਨੇੜੇ ਤੇੜੇ ਕੋਈ ਵੀ ਏਰੀਆ ਦੇ ਵਿੱਚ ਐਡਮਿੰਟਨ ਦੇ ਵਿੱਚ ਕੋਈ ਘਰ ਲੈਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਕੋਈ ਵੀ ਘਰ ਲੈਣ ਬਾਰੇ ਸੋਚ ਰਿਹਾ ਹੈ ਵੇਚਣ ਬਾਰੇ ਸੋਚਦਾ ਉਹਦੇ ਤੱਕ ਇਹ ਵੀਡੀਓਜ਼ ਪਹੁੰਚ ਸਕਣ ਤਾਂ ਕਿ ਉਹਨੂੰ ਘਰ ਬੈਠੇ ਬਿਠਾਏ ਫਾਇਦਾ ਹੋ ਸਕੇ ਤਾਂ ਫੋਨ ਨੰਬਰ ਤੁਸੀਂ ਇੱਕ ਦਫਾ ਫਿਰ ਨੋਟ ਕਰ ਸਕਦੇ ਹੋ 7802630085 ਹੈਰੀ ਨਕਈ ਜੀ ਰੀਅਲਟਰ ਮੈਕਸਵੈਲ ਪੋਲੈਰਸ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ ਸਾਡੇ ਅੱਜ ਪ੍ਰੋਗਰਾਮ ਦੇ ਰਾਹੀਂ ਹਰ ਹਫ਼ਤੇ ਦੇ ਇਸ ਦਿਨ ਟਿਊਜ਼ਡੇ ਵਾਲੇ ਦਿਨ ਤੁਹਾਡੇ ਰੂਬਰੂ ਹੁੰਦੇ ਰਹਿਣਗੇ ਤਾਂ ਕਿ ਤੁਹਾਨੂੰ ਅਲੱਗ ਅਲੱਗ ਜਿਹੜੀ ਹੈਗੀ ਇਨਫੋਰਮੇਸ਼ਨ ਦਿੰਦੇ ਰਹਿਣ ਅੱਛਾ ਹਰੀ ਭਾਅ ਜੀ ਕੁਛ ਅੱਜ ਅਗਰ ਆਪਾਂ ਗੱਲ ਕਰੀਏ ਹੁਣ ਕਰੰਟ ਤੁਹਾਡੇ ਕੋਲ ਕੁਛ ਜਿਹੜੀ ਹੈਗੇ ਲਿਸਟਿੰਗਸ ਦੀ ਗੱਲ ਕਰਦੇ ਹਾਂ ਕਿਉਂਕਿ ਹਰ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਕੁਛ ਨਾ ਕੁਛ ਲਿਸਟਿੰਗਸ ਦੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਲਾਈਵ ਹੋ ਕੇ ਵੀ ਸ਼ੇਅਰ ਕਰਾਂਗੇ ਤਾਂ ਲਿਸਟਿੰਗਸ ਦੇ ਬਾਰੇ ਵਿੱਚ ਕੁਛ ਖਾਸ ਦੱਸਣਾ ਚਾਹੁੰਦੇ ਹੋ ਤੁਹਾਡੇ ਕੋਲ ਕਿਹੜੀ ਕਿਹੜੀ ਐਟ ਪ੍ਰੈਜੈਂਟ ਕੁਛ ਲਿਸਟਿੰਗਸ ਹੈਗੀਆਂ ਮੈਂ ਕੁਛ ਇੰਪੋਰਟੈਂਟ ਲਿਸਟਿੰਗਸ ਦੇ ਬਾਰੇ ਡਿਸਕਸ ਕਰਾਂਗਾ ਜੀ ਜਿਹੜੀਆਂ ਜਿਹਨਾਂ ਦੀ ਡਿਮਾਂਡ ਜ਼ਿਆਦਾ ਹੈਗੀ ਹੈ ਵੈਸੇ ਸਾਡੀ ਸਾਰੀ ਲਿਸਟਿੰਗਸ ਬੜੀ ਵਧੀਆ ਹੁੰਦੀਆਂ ਨੇ ਕੁਛ ਲਿਸਟਿੰਗਸ ਹੈਗੀਆਂ ਨੇ ਇੱਕ ਮੈਂ ਤੁਹਾਨੂੰ ਦੱਸਾਂਗਾ 1225 ਸਮਰਸਾਈਡ ਡਰਾਈਵ ਇਹ ਲਿਸਟਿੰਗ ਸਾਡੀ ਹੁਣੀ ਲੇਟੈਸਟ ਹਰਪ੍ਰੀਤ ਜੀ ਨੇ ਲਿਸਟ ਕੀਤਾ ਹੋਇਆ ਹੈ ਘਰ 4 ਬੈਡਰੂਮ 3.5 ਵਾਸ਼ਰੂਮ ਫੁੱਲੀ ਫਿਨਿਸ਼ਡ ਬੇਸਮੈਂਟ ਅਤੇ ਇਹਦਾ ਇੱਕ ਪਲੱਸ ਪੁਆਇੰਟ ਜਿਹੜਾ ਅੱਜ ਕੱਲ੍ਹ ਲੋਕ ਜ਼ਿਆਦਾ ਚਾਹੁੰਦੇ ਨੇ ਸਮਰਸਾਈਡ ਲੇਕ ਤੁਹਾਨੂੰ ਪਤਾ ਹੋਏਗਾ ਇਟਸ ਵੈਰੀ ਫੇਮਸ ਵੈਰੀ ਸ਼ਹਿਰ 'ਚ ਸਭ ਨੂੰ ਪਤਾ ਕਿ ਸਮਰਸਾਈਡ ਲੇਕ ਇਜ਼ ਅ ਵੈਰੀ ਬਿਗ ਲੇਕ ਉਹਦਾ ਐਕਸੈਸ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਸੋ ਦ ਥਿੰਗ ਇਜ਼ ਇਹਦਾ ਜਿਹੜਾ ਵਾਕਵੇ ਹੈਗਾ ਆ ਦੈਟ ਗੋਜ਼ ਡਾਇਰੈਕਟਲੀ ਟੂ ਦਾ ਸਮਰਸਾਈਡ ਲੇਕ ਯਾ ਸੋ ਇਹ ਬਹੁਤ ਵਧੀਆ ਲਿਸਟਿੰਗ ਹੈਗੀ ਹੈ ਡੈਫੀਨੇਟਲੀ ਸਾਡੇ ਬੈਕਗਰਾਊਂਡ 'ਤੇ ਚੱਲ ਰਹੀ ਹੈ ਲਿਸਟਿੰਗ ਤੁਸੀਂ ਡੈਫੀਨੇਟਲੀ ਚੈੱਕ ਕਰੋ ਸਾਡੀ ਇਹ ਲਿਸਟਿੰਗ ਵੀ ਕਿਉਂਕਿ ਆਈ ਥਿੰਕ ਜਿਹੜੀ ਸਮਰਸਾਈਡ ਦੀ ਲੇਕ ਹੈਗੀ ਆ ਉਹਦਾ ਵੀ ਐਕਸੈਸ ਕੁਛ ਲਿਮਿਟਡ ਘਰਾਂ ਨੂੰ ਹੀ ਦਿੱਤਾ ਜਾਂਦਾ ਹੈਗਾ ਜੀ ਬਿਲਕੁਲ ਜਿਹੜੇ ਉੱਥੇ ਨੇ ਹਰ ਇੱਕ ਬੰਦਾ ਉੱਥੇ ਨਹੀਂ ਵਿਜ਼ਿਟ ਕਰ ਸਕਦਾ ਜਾਂ ਜਾ ਸਕਦਾ ਉਹਨਾਂ ਦੀ ਇੱਕ ਫੀਸ ਵੀ ਹੈਗੀ ਹੈ ਜੀ ਜਿਹੜੇ ਘਰ ਉੱਥੇ ਹੈਗੇ ਨੇ ਬੇਸਿਕਲੀ ਦੈਟ ਇਜ਼ ਅ ਵੈਰੀ ਵੈਰੀ ਗੁੱਡ ਲੋਕੈਲਿਟੀ ਉੱਥੇ ਲੋਕ ਲੈਣ ਨੂੰ ਯੂ ਨੋ ਇਟ ਤੁਸੀਂ ਦੇਖੋਗੇ ਉੱਥੇ ਤੁਹਾਨੂੰ ਡੇਢ ਡੇਢ ਦੋ ਦੋ ਤਿੰਨ ਤਿੰਨ ਮਿਲੀਅਨ ਦੇ ਘਰ ਵੀ ਮਿਲਣਗੇ ਰਾਈਟ ਸੋ ਇਹ ਲਿਸਟਿੰਗ ਬਹੁਤ ਵਧੀਆ ਲੋਕੇਸ਼ਨ ਨੀਅਰ ਟੂ ਦਾ ਲੇਕ ਹੈਗੀ ਹੈ ਸੋ ਡੈਫੀਨੇਟਲੀ ਗੋ ਅਹੈਡ ਸੀ ਦਾ ਲਿਸਟਿੰਗ ਯੂ ਲਾਈਕ ਦਾ ਲਿਸਟਿੰਗ ਜੀ ਜੀ ਬਿਲਕੁਲ ਇੱਕ ਸਾਡੀ ਹੋਰ ਲਿਸਟਿੰਗ ਹੈ ਜੀ ਕਈ ਲੋਕ ਹੈਗੇ ਆ ਜਿਹੜੇ ਨਵਾਂ ਘਰ ਲੈਣਾ ਚਾਹੁੰਦੇ ਆ ਕੁਝ ਇਨਵੈਸਟਰਸ ਹੈਗੇ ਨੇ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਕੁਝ ਨਵੇਂ ਲੋਕ ਆਏ ਨੇ ਜਿਹੜੇ ਜਿਵੇਂ ਸਟੂਡੈਂਟਸ ਸੀਗੇ ਉਹ ਹੁਣ PR ਹੋ ਗਏ ਨੇ ਐਂਡ ਦੇ ਵਾਂਟਡ ਟੂ ਬਾਏ ਅ ਹਾਊਸ ਬਹੁਤ ਸਾਰੇ ਲੋਕ ਹੈ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਹਨਾਂ ਵਾਸਤੇ ਵੀ ਹੈਗਾ ਸੋ ਟੂ ਫਸਟ ਟਾਈਮ ਹੋਮ ਬਾਇਰ ਵਾਸਤੇ ਸਾਡੇ ਕੋਲ ਲਿਸਟਿੰਗ ਹੈਗੀ ਹੈ 1614 ਮਿਲਵੁੱਡ ਰੋਡ ਈਸਟ ਓਕੇ ਰਾਈਟ ਇਹ ਆਪਣੇ ਏਰੀਆ ਦੇ ਵਿੱਚ ਹੈਗੀ ਹੈ ਪੰਜਾਬੀ ਏਰੀਆ ਦੇ ਵਿੱਚ ਹੈਗੀ ਹੈ ਬਹੁਤ ਜ਼ਿਆਦਾ ਡਿਮਾਂਡਸ ਹੈਗਾ ਇਹ ਏਰੀਆ ਅੱਜ ਕੱਲ੍ਹ ਜੇ ਤੁਸੀਂ ਦੇਖੋਗੇ ਇਸ ਏਰੀਆ ਦੇ ਵਿੱਚ ਲੋਕ ਰੈਨੋਵੇਟ ਕਰ ਰਹੇ ਆਪਣੇ ਘਰ ਲੋਕ ਕਈ ਇੱਦਾਂ ਦੇ ਵੀ ਘਰ ਨੇ ਜਿਹੜੇ ਕਾਫੀ ਪੁਰਾਣੇ ਨੇ ਲੋਕ ਤੋੜ ਕੇ ਨਵਾਂ ਬਣਾ ਰਹੇ ਨੇ ਰਾਈਟ ਇਨਵੈਸਟਰਸ ਵਾਸਤੇ ਬਹੁਤ ਵਧੀਆ ਪ੍ਰੋਪਰਟੀ ਹੈ ਇਟ ਇਜ਼ ਵੈਰੀ ਕਲੋਜ਼ ਟੂ ਸਕੂਲ ਇਟ ਇਜ਼ ਕਲੋਜ਼ ਟੂ ਸ਼ਾਪਿੰਗ ਪਲਾਜ਼ਾ ਰਾਈਟ ਜਿਹੜਾ ਨੀਅਰ ਇਟ ਇਜ਼ ਨੀਅਰ ਦਾ ਏਸ਼ੀਅਨ ਗ੍ਰੋਸਰੀ ਸਟੋਰ ਓਕੇ ਰਾਈਟ ਸੋ ਐਡਰੈਸ ਇਜ਼ 1614 ਮਿਲਵੁੱਡਸ ਰੋਡ ਈਸਟ ਇਹ ਵੀ ਸਾਡੀ ਲਿਸਟਿੰਗ ਚੱਲ ਰਹੀ ਹੈਗੀ ਹੈ ਪਲੀਜ਼ ਗੋ ਅਹੈਡ ਵਾਚ ਦਿਸ ਲਿਸਟਿੰਗ ਜੇ ਤੁਹਾਨੂੰ ਪਸੰਦ ਆਵੇ ਡੈਫੀਨੇਟਲੀ ਗਿਵ ਅ ਕਾਲ ਮਿਲਵੁੱਡ ਦੀ ਅਗਰ ਆਪਾਂ ਗੱਲ ਕਰ ਦਈਏ ਤਾਂ ਮਿਲਵੁੱਡ ਦੀ ਡਿਮਾਂਡ ਕਿਉਂ ਜ਼ਿਆਦਾ ਇੰਨੀ ਜ਼ਿਆਦਾ ਮੈਂ ਦੇਖਦਾ ਵੀ ਸਾਡੇ ਕੋਲ ਅਸੀਂ ਦੇਖਦੇ ਹਾਂ ਕਾਫੀ ਔਰ ਵੀ ਰੈਲਟਰਸ ਆਉਂਦੇ ਨੇ ਕਿ ਜਦੋਂ ਉਹ ਖਾਸ ਕਰਕੇ ਮਿਲਵੁੱਡ ਦੀ ਗੱਲ ਕਰ ਲਈਏ ਹੈ ਨਾ ਲੋਰਲ ਦੀ ਗੱਲ ਕਰ ਲਈਏ ਉੱਥੇ ਕੋਈ ਲਿਸਟਿੰਗ ਪੈਂਦੀ ਹੈ ਤਾਂ ਉੱਥੇ ਮਲਟੀਪਲ ਆਫਰਸ ਆ ਜਾਂਦੀਆਂ ਨੇ ਉੱਥੇ ਜਿਵੇਂ ਹੌਟ ਮਾਰਕੀਟ ਆ ਉੱਥੇ ਦੀ ਕੀ ਕਾਰਨ ਕੀ ਰਹਿੰਦਾ ਇਹਦਾ ਭਾਜੀ ਭਾਜੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਦੀ ਡੇਟ ਦੇ ਵਿੱਚ ਨਾ ਸ਼ਹਿਰ ਦੇ ਵਿੱਚ ਜੇ ਤੁਸੀਂ ਦੇਖੋਗੇ ਕੁਛ ਦੇਰ ਤੋਂ ਡਿਵੈਲਪਰਸ ਨੇ ਲੈਂਡ ਡਿਵੈਲਪ ਕਰਨਾ ਬੰਦ ਕਰ ਦਿੱਤਾ ਜੀ ਸੋ ਵਾਟਸ ਹੈਪਨਿੰਗ ਇਜ਼ ਹੋ ਨਹੀਂ ਰਹੀ ਲੈਂਡ ਡਿਵੈਲਪਮੈਂਟ ਅਤੇ ਜਿਹੜੀ ਇਨਵੈਂਟਰੀ ਹੈ ਉਹ ਥੋੜ੍ਹੀ ਘੱਟ ਗਈ ਹੈਗੀ ਹੈ ਰਾਈਟ ਬਿਕੋਜ਼ ਆਫ ਦੈਟ ਜਿਹੜੀ ਮਾਰਕੀਟ ਹੈ ਉਹ ਬਹੁਤ ਜ਼ਿਆਦਾ ਫਾਸਟ ਹੋ ਗਈ ਹੈ ਰਾਈਟ ਮਿਲਵੁੱਡ ਬੀਇੰਗ ਇਨ ਦਾ ਸੈਂਟਰ ਜੇ ਤੁਸੀਂ ਦੇਖੋ ਆਪਣੇ ਸ਼ਹਿਰ ਦੇ ਵਿੱਚ ਸਪੈਸ਼ਲੀ ਤੁਸੀਂ ਨੋਟ ਕਰੋਗੇ ਜਿਹੜੇ ਨੌਰਥ ਸਾਈਡ ਰਹਿੰਦੇ ਹੈ ਜਾਂ ਜਿਹੜੇ ਸ਼ਪੈਲ ਵਾਲੇ ਸਾਈਡ ਚਲੇ ਗਏ ਜਾਂ ਥੋੜ੍ਹੇ ਵੈਸਟ ਸਾਈਡ ਰਹਿੰਦੇ ਆ ਆਪਣੇ ਇੰਡੀਅਨ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਐਵਰੀਬਡੀ ਕਮਸ ਟੂ ਮਿਲਵੁੱਡ ਨੀਅਰ ਏਰੀਆ ਬੇਸਿਕਲੀ ਆਪਾਂ ਗੱਲ ਕਰੀਏ ਸਾਊਥ ਈਸਟ ਏਰੀਆ ਰੀਜ਼ਨ ਬੀਇੰਗ ਗੁਰਦੁਆਰਾ ਸਾਹਿਬ ਹੈ ਮੰਦਰ ਹੈ ਗ੍ਰੋਸਰੀ ਸਟੋਰਸ ਨੇ ਰਾਈਟ ਸੋ ਫਰੈਂਡਸ ਲੋਕ ਇੱਥੇ ਰਹਿ ਰਹੇ ਨੇ ਸੋ ਐਵਰੀਬਡੀ ਕਮਸ ਐਂਡ ਇਨ ਦਾ ਮਿਲਵੁੱਡ ਏਰੀਆ ਰੈਕ ਸੈਂਟਰ ਹੈਗਾ ਹੈ ਆਪਣਾ ਉੱਥੇ ਬਹੁਤ ਲੋਕ ਆਉਂਦੇ ਆ ਆਪਣੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਆਪਣੇ ਜਿਹੜੀ ਐਕਟੀਵਿਟੀਜ਼ ਹੁੰਦੀਆਂ ਨੇ ਸਪੈਸ਼ਲੀ ਪੰਜਾਬੀ ਕਲਚਰ ਨੂੰ ਲੈ ਕੇ ਉਹ ਬਹੁਤ ਕੁਝ ਇੱਥੇ ਹੁੰਦੀਆਂ ਨੇ ਦੈਟਸ ਵਾਈ ਪੀਪਲ ਵਾਂਟਡ ਟੂ ਸਟੇ ਨੀਅਰ ਦਾ ਮਿਲਵੁੱਡ ਏਰੀਆ ਦੂਜੀ ਗੱਲ ਇਹ ਹੈ ਮਿਲਵੁੱਡ ਏਰੀਆ ਪੂਰਾ ਆਲਰੇਡੀ ਡਿਵੈਲਪਡ ਹੈ
ਸੋ ਵਾਟਸ ਹੈਪਨਿੰਗ ਇਜ਼ ਜਗ੍ਹਾ ਨਹੀਂ ਹੈਗੀ ਨਵਾਂ ਘਰ ਬਣਾਉਣ ਲਈ ਸੋ ਲੋਕ ਕੀ ਕਰ ਰਹੇ ਸਪੈਸ਼ਲੀ ਜਿਹੜੇ ਇਨਵੈਸਟਰਸ ਨੇ ਦੇ ਆਰ ਡਿਮੋਲਿਸ਼ਿੰਗ ਦ ਓਲਡ ਬਿਲਡਿੰਗ ਨਵੀਂ ਬਿਲਡਿੰਗ ਆਪਣਾ ਕਹਿੰਦੇ ਨੇ ਬਣਾ ਰਹੇ ਨੇ ਤੇ ਦੇ ਆਰ ਸੈਲਿੰਗ ਦੈਟ ਲੈਂਡ ਰਾਈਟ ਲੈਟ ਦੈਟ ਬਿਲਡਿੰਗ ਐਜ ਵੈਲ ਜਿਹੜੇ ਲੋਕ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਵਾਸਤੇ ਸਸਤੇ ਘਰ ਮਿਲ ਜਾਂਦੇ ਨੇ ਹੁਣ ਤੁਸੀਂ ਨਵਾਂ ਘਰ ਲਓਗੇ ਦੈਟ ਦੈਟ ਵਿਲ ਬੀ ਸਮਵੇਅਰ ਅਰਾਊਂਡ 500-600-700,000 ਰੇਂਜ ਦੇ ਵਿੱਚ ਰਾਈਟ 4.5 ਤੋਂ ਲੈ ਕੇ 6-7 lakh ਦੀ ਰੇਂਜ ਚ ਐਵਰੇਜ ਘਰ ਹੈ ਨਵਾਂ ਰਾਈਟ ਅਗਰ ਤੁਸੀਂ ਸਿੰਗਲ ਫੈਮਿਲੀ ਦੀ ਗੱਲ ਕਰਦੇ ਹੋ ਤੁਹਾਨੂੰ ਮਿਲਵੁੱਡ ਦੇ ਵਿੱਚ ਉਹੀ ਘਰ ਸਮਵੇਅਰ ਅਰਾਊਂਡ 3-4 lakh ਦੇ ਵਿੱਚ ਉਨਾ ਹੀ ਵੱਡਾ ਘਰ ਵਿਦ ਬੈਕ ਬਿਗਰ ਬੈਕ ਬੈਕਯਾਰਡ ਮਿਲ ਜਾਂਦਾ ਰਾਈਟ ਉਹ ਤੁਹਾਨੂੰ ਨਵੇਂ ਏਰੀਆ ਚ ਨਹੀਂ ਮਿਲਦਾ ਨਵੇਂ ਏਰੀਆ ਦੇ ਵਿੱਚ ਬੈਕਯਾਰਡ ਵੀ ਛੋਟੇ ਹੋ ਗਏ ਘਰ ਵੀ ਜਿਹੜੇ ਨੇ ਥੋੜੇ ਮਹਿੰਗੇ ਨੇ ਸੋ ਦੈਟਸ ਵਾਈ ਮਿਲਵੁੱਡ ਏਰੀਆ ਇਜ਼ ਮੋਰ ਇਨ ਡਿਮਾਂਡ ਰਾਈਟ 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 ਤਾਂ ਦੋਸਤੋ ਅਸੀਂ ਜਸਟ ਅਜੇ 2 ਲਿਸਟਿੰਗਸ ਦੀ ਗੱਲ ਕੀਤੀ ਹੈ ਤੀਸਰੀ ਲਿਸਟਿੰਗ ਇੱਕ ਹੋਰ ਤੁਹਾਡੇ ਕੋਲ ਦਿੱਤੀ ਜਾਏਗੀ ਲੇਕਿਨ ਇਸ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਸਮਰ ਸਾਈਡ ਦੀ ਗੱਲ ਕਰ ਲਈਏ ਮਿਲਵੁੱਡ ਏਰੀਆ ਦੀ ਗੱਲ ਕਰ ਲਈਏ ਜਾਂ ਫਿਰ ਐਡਮਿੰਟਨ ਦੇ ਵਿੱਚ ਕਿਤੇ ਵੀ ਤੁਸੀਂ ਘਰ ਖਰੀਦਣ ਅਤੇ ਵੇਚਣ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹੈਰੀ ਨਕਈ ਜੀ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਿਹਦੇ ਵਿੱਚ ਹਰਪ੍ਰੀਤ ਗਿੱਲ ਅਤੇ ਨਾਲ ਦੀ ਨਾਲ ਕਮਲ ਕੰਗ ਇਹਨਾਂ ਦੀ ਜਿਹੜੀ ਹੈਗੀ ਹੈ ਤਿੰਨਾਂ ਦੇ ਵਿੱਚੋਂ ਸਾਰਿਆਂ ਦਾ ਨੰਬਰ ਡਿਸਪਲੇ ਸਕਰੀਨ ਦੇ ਉੱਤੇ ਹੈਗਾ ਤੁਹਾਨੂੰ ਮੋਰਗੇਜ ਦੇ ਲਈ ਕੋਈ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਘਰ ਖਰੀਦਣ ਵੇਚਣ ਦੇ ਬਾਰੇ ਵਿੱਚ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਤੁਸੀਂ ਡਾਇਰੈਕਟਲੀ ਇਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਤੀਸਰੀ ਲਿਸਟਿੰਗ ਦੇ ਬਾਰੇ ਵਿੱਚ ਗੱਲ ਤੀਸਰੀ ਲਿਸਟਿੰਗ ਜੀ ਸਾਡੀ ਨੌਰਥ ਸਾਈਡ ਤੇ ਹੈਗੀ ਹੈ ਇਟਸ ਅ ਬਾਈ ਲੈਵਲ ਹਾਊਸ ਕਈ ਲੋਕ ਹੈਗੇ ਨੇ ਆਪਣੇ ਜਿਹੜੇ ਬਾਈ ਲੈਵਲ ਨੂੰ ਬਹੁਤ ਪਸੰਦ ਕਰਦੇ ਆ ਬਾਈ ਲੈਵਲ ਦਾ ਇੱਕ ਰੀਜ਼ਨ ਸੀਗਾ ਕਿ ਜਿਹੜਾ ਇੱਕ ਫਲੋਰ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਹੈ ਬੈਡਰੂਮ ਵਾਸ਼ਰੂਮ ਕਿਚਨ ਰਾਈਟ ਬਜ਼ੁਰਗਾਂ ਲਈ ਬਹੁਤ ਬੈਨੀਫੀਸ਼ੀਅਲ ਹੈਗਾ ਆ ਜਿਹੜੇ ਬਾਈ ਲੈਵਲ 'ਚ ਹੈਗੇ ਆ ਜਿਹੜੇ ਪੌੜੀਆਂ ਨਹੀਂ ਚੜ੍ਹਨਾ ਚਾਹੁੰਦੇ ਰਾਈਟ ਇਹ ਪੁਰਾਣਾ ਸਟਾਈਲ ਹੈ ਬਟ ਪੀਪਲ ਲਾਈਕ ਦਿਸ ਕਾਇੰਡ ਆਫ ਕਨਸੈਪਟ ਰਾਈਟ ਆਪਣੇ ਖਾਸ ਕਰ ਪੰਜਾਬੀ ਲੋਕ ਇਹ ਲਾਈਕ ਕਨਸੈਪਟ ਲਾਈਕ ਕਰਦੇ ਆ ਕਿਉਂਕਿ ਉਹਨਾਂ ਦੇ ਪੇਰੈਂਟਸ ਨਾਲ ਰਹਿ ਰਹੇ ਨੇ ਰਾਈਟ ਸੋ ਦੈਟ ਇਜ਼ ਵਾਈ ਇਟ ਇਜ਼ ਐਡਵਾਂਟੇਜਸ ਫੋਰ ਦੈਮ ਸੋ ਇਹ ਘਰ ਹੈਗਾ ਆ 4751-154 ਐਵਨਿਊ ਨੌਰਥ ਵੈਸਟ ਦਿਸ ਇਜ਼ ਇਨ ਨੌਰਥ ਸਾਈਡ ਬ੍ਰਿਟਨਲ ਦੇ ਵਿੱਚ ਹੈਗਾ ਇਹ ਘਰ ਅਤੇ ਇਹਦੀ ਫੁੱਲੀ ਫਿਨਿਸ਼ਡ ਬੇਸਮੈਂਟ ਹੈਗੀ ਹੈ ਜੇ ਤੁਸੀਂ ਰੈਂਟਲ ਵਾਸਤੇ ਵੀ ਸੋਚ ਰਹੇ ਹੋ ਦੈਟ ਇਜ਼ ਆਲਸੋ ਐਨ ਐਡਵਾਂਟੇਜ ਸਿੰਗ ਫੋਰ ਯੂ ਗਾਈਸ ਓਕੇ ਅਤੇ ਅੱਜ ਅਗਰ ਆਪਾਂ ਗੱਲ ਕਰੀਏ ਹਰੀ ਭਾਅ ਜੀ ਮਾਰਕੀਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮਾਰਕੀਟ ਪ੍ਰਾਈਸ ਦੀ ਗੱਲ ਕਰਦੇ ਹਾਂ ਪ੍ਰਾਈਸ ਰੇਂਜ ਵੱਧਦੀ ਜਾ ਰਹੀ ਹੈ ਬਹੁਤ ਜ਼ਿਆਦਾ ਇੱਕ ਘਰ ਲੋਕ ਅੱਜ ਵੀ ਲੈ ਰਹੇ ਨੇ ਹੁਣ ਦੇਖਣ ਦੇ ਵਿੱਚ ਆ ਰਿਹਾ ਸੀ ਪਿੱਛੇ ਜੇ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀਗਾ ਕਿ ਇੱਕ ਤਾਂ ਜਿਹੜਾ ਹੈਗਾ ਸਟ੍ਰੈਸ ਲੈਵਲ ਜਿਹੜਾ ਮੋਰਗੇਜ ਦੇ ਵਿੱਚ ਵਧਾਇਆ ਜਾ ਰਿਹਾ ਉਹਦੇ ਨਾਲ ਨਾਲ ਮੋਰਗੇਜ ਇੰਟਰਸਟ ਰੇਟਸ ਦੇ ਉੱਤੇ ਵੀ ਕਿਤੇ ਨਾ ਕਿਤੇ ਫਲਕਚੁਏਸ਼ਨ ਹੋਈ ਹੈ ਥੋੜ੍ਹੇ ਜਿਹਾ ਕੱਪ ਹੋਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿਹੜਾ ਹੈਗਾ ਘਰਾਂ ਦੀ ਜਿਹੜੀ ਹੈਗੀ ਹੈ ਬਾਇੰਗ ਕਪੈਸਿਟੀ ਹੈ ਲੋਕਾਂ ਦੀ ਉਹ ਘੱਟ ਨਹੀਂ ਰਹੀ ਉਹ ਹੋਰ ਵੱਧਦੀ ਜਾ ਰਹੀ ਹੈ ਕੀ ਇਹਦੇ ਵਿੱਚ ਤੁਹਾਨੂੰ ਕੀ ਲੌਜਿਕ ਕੀ ਲੱਗ ਰਿਹਾ ਉੱਤੋਂ ਦੀ ਵੱਧ ਕੇ ਕਰੋਨਾ ਦਾ ਜਿਹੜਾ ਇਫੈਕਟ ਹੈਗਾ ਕੋਵਿਡ ਦਾ ਇਫੈਕਟ ਹੈਗਾ ਜਿਹੜਾ ਉਹ ਹੋਰ ਵੱਧਦਾ ਜਾ ਰਿਹਾ ਲੇਕਿਨ ਇੱਕ ਰੀਅਲ ਸਟੇਟ ਮਾਰਕੀਟ ਅਪ ਹੁੰਦੀ ਜਾ ਰਹੀ ਹੈ ਪ੍ਰਾਈਸਿਸ ਅਪ ਹੁੰਦੇ ਜਾ ਰਹੇ ਨੇ ਡਿਮਾਂਡ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ ਜਿਹੜੀ ਹੈਗੀ ਘਰਾਂ ਦੀ ਜਿਹੜੀ ਅਵੇਲੇਬਿਲਟੀ ਉਹ ਘੱਟਦੀ ਜਾ ਰਹੀ ਹੈ ਭਾਜੀ ਸੇਮ ਥਿੰਗ ਕਿਉਂਕਿ ਡਿਵੈਲਪਮੈਂਟ ਨਹੀਂ ਹੋ ਰਹੀ ਰਾਈਟ ਹੁਣ ਇੱਕ ਚੀਜ਼ ਸੋਚੋ ਕਿ ਜੇ ਲੈਂਡ ਜੇ ਲੈਂਡ ਡਿਵੈਲਪਰ ਲੈਂਡ ਡਿਵੈਲਪ ਕਰੇਗਾ ਇਟ ਵਿਲ ਟੇਕ ਰਫਲੀ 2 ਈਅਰਸ ਫੋਰ ਹਿਮ ਟੂ ਡਿਵੈਲਪ ਦ ਲੈਂਡ ਜੀ ਰਾਈਟ 2 ਸਾਲ ਉਹ ਲੈਂਡ ਡਿਵੈਲਪ ਕਰਨ ਨੂੰ ਲਾਏਗਾ 1.5-2 ਸਾਲ ਲੱਗ ਜਾਂਦੇ ਆ ਫਿਰ ਸਿਟੀ ਉਹਨਾਂ ਨੂੰ ਪਰਮਿਟ ਦੇਗੀ ਘਰ ਦੇ ਨੰਬਰ ਅਲੋਟ ਕਰੇਗੀ ਇਟ ਵਿਲ ਟੇਕ ਦੈਟ ਮਚ ਟਾਈਮ ਰਾਈਟ ਉਸ ਨਾਲ ਕੀ ਹੋ ਰਿਹਾ ਜਿਹੜੇ ਪੁਰਾਣੇ ਘਰ ਨੇ ਉਹਨਾਂ ਦੀ ਵੈਲਿਊ ਵੱਧ ਗਈ ਬਿਕੋਜ਼ ਇਨਵੈਂਟਰੀ ਨਹੀਂ ਹੈ ਅਤੇ ਲੋਕਾਂ ਨੇ ਕੁਛ ਤਾਂ ਖਰੀਦਣਾ ਦੂਜੀ ਗੱਲ ਹੈ ਪੀਪਲ ਆਰ ਕਮਿੰਗ ਇਨ ਬਲਕ ਲੋਟ ਆਫ ਪੀਪਲ ਆਰ ਗੈਟਿੰਗ ਮਾਈਗ੍ਰੇਟਿਡ ਟੂ ਐਲਬਰਟਾ ਸਪੈਸ਼ਲੀ ਰਾਈਟ ਉਹਦੇ ਕਰਕੇ ਇਨਵੈਂਟਰੀ ਘੱਟ ਹੋਣ ਕਰਕੇ ਮਾਰਕੀਟ ਦੇ ਵਿੱਚ ਘਰਾਂ ਦੇ ਰੀਸੇਲ ਜ਼ਿਆਦਾ ਵੱਧ ਰਹੀ ਹੈਗੀ ਹੈ ਜਿਹੜੀ ਇਟਸ ਅ ਬਬਲ ਬੇਸਿਕਲੀ ਜਦੋਂ ਲੈਂਡ ਡਿਵੈਲਪਮੈਂਟ ਦੁਬਾਰਾ ਸ਼ੁਰੂ ਹੋ ਗਈ ਇਟ ਵਿਲ ਟੇਕ 1-1.5 ਈਅਰਸ ਉਸ ਟਾਈਮ ਕੀ ਹੋਏਗਾ ਜਦੋਂ ਲੈਂਡ ਡਿਵੈਲਪਮੈਂਟ ਦੁਬਾਰਾ ਹੋਏਗੀ ਉਦੋਂ ਫਿਰ ਇਨਵੈਂਟਰੀ ਆ ਜਾਏਗੀ ਅਤੇ ਨਵੇਂ ਘਰ ਦੀ ਮਾਰਕੀਟ ਵੱਧ ਜਾਏਗੀ ਰਾਈਟ ਨਾਓ ਰੈਂਟਲ ਮਾਰਕੀਟ ਇਜ਼ ਗੋਇੰਗ ਵੈਰੀ ਹਾਈ ਤੁਸੀਂ ਇੱਕ ਚੀਜ਼ ਨੋਟ ਕਰੋਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਬੇਸਮੈਂਟ ਵੀ ਡਿਵੈਲਪ ਕਰਦੇ ਹਾਂ ਇਫ ਯੂ ਨੀਡ ਐਨੀ ਹੈਲਪ ਇਨ ਬੇਸਮੈਂਟ ਡਿਵੈਲਪਮੈਂਟ ਆਲਸੋ ਵਿਲ ਹੈਲਪ ਯੂ ਇਨ ਦੈਟ ਆਲਸੋ ਠੀਕ ਹੈ ਸੋ ਅੱਜ ਕੱਲ੍ਹ ਕੀ ਹੋ ਰਿਹਾ ਕਿ ਬੇਸਮੈਂਟ ਦੇ ਵਿੱਚ ਲੋਕ ਰੈਂਟਲ ਪ੍ਰੋਪਰਟੀ ਬਣਾ ਰਹੇ ਨੇ ਉਹਨਾਂ ਨੂੰ $1,000-1,200 ਓਬਵੀਅਸਲੀ ਨਾਓ ਗੱਲ ਆ ਗਈ ਕੋਵਿਡ ਦੀ ਰਾਈਟ ਕੋਵਿਡ ਹੈਜ਼ ਇਫੈਕਟਡ ਲੋਟ ਆਫ ਪੀਪਲ ਇਨ ਦੇਅਰ ਬਿਜ਼ਨਸਿਸ ਆਲਸੋ ਰਾਈਟ ਨਵੇਂ ਲੋਕ ਜਿਹੜੇ ਆਏ ਨੇ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਹੈਗੀ ਜੇ ਮਿਲ ਰਹੀ ਹੈ ਤੇ ਉਸ ਤਰੀਕੇ ਦੀ ਜੋਬ ਨਹੀਂ ਮਿਲ ਰਹੀ ਜਿਸ ਉਹ ਐਕਸਪਰਟੀਜ਼ ਹੈਗੇ ਨੇ ਰਾਈਟ ਇਨ ਦੈਟ ਟਾਈਮ ਦ ਬੈਸਟ ਵੇ ਇਜ਼ ਗੋ ਔਨ ਅ ਰੈਂਟਲ ਪ੍ਰੋਪਰਟੀ ਰੈਂਟਲ ਤੁਹਾਨੂੰ ਬੇਸਮੈਂਟ ਡਿਵੈਲਪਮੈਂਟ ਵਧੀਆ ਲਾਈਕ 1,000-1,200 ਚ ਬੇਸਮੈਂਟ ਮਿਲ ਜਾਂਦੀ ਹੈਗੀ ਹੈ ਵੱਡੀ ਬੇਸਮੈਂਟ 2 ਬੈਡਰੂਮ ਦੀ ਸੋ ਦੈਟਸ ਹਾਓ ਯੂ ਨੋ ਦੈਟ ਬਬਲ ਇਜ਼ ਦੇਅਰ ਮੈਨੂੰ ਆਪਾਂ ਗੱਲ ਕਰਦੇ ਹਾਂ ਮੋਰਗੇਜ ਦੀ ਮੋਰਗੇਜ ਭਾਅ ਜੀ ਹੁਣ ਤੁਸੀਂ ਪਿੱਛੇ ਦੇਖਿਆ ਹੋਏਗਾ 1.1% ਤੱਕ ਵੀ ਰੇਟ ਚਲੇ ਗਏ ਸੀਗੇ
ਰਾਈਟ ਨਾਓ ਇਟ ਇਜ਼ ਅਗੇਨ ਸਮਵੇਅਰ ਅਰਾਊਂਡ 2-2.2% ਦੇ ਕਰੀਬ ਫਿਰ ਵਾਪਸ ਉੱਪਰ ਆ ਗਏ ਨੇ ਡੈਫੀਨੇਟਲੀ ਦਰ ਇੰਟਰਸਟ ਰੇਟਸ ਵਿਲ ਗੋ ਹਾਈ ਵੈਨ ਦਾ ਮਾਰਕੀਟ ਵਿਲ ਸਟਾਰਟ ਯੂ ਨੋ ਅਗੇਨ ਰਾਈਟ ਨਾਓ ਇਟਸ ਲਿਟਲ ਲੋਅਰ ਇਨਵੈਂਟਰੀ ਕਰਕੇ ਮਾਰਕੀਟ ਲੋਅ ਹੈਗੀ ਹੈ ਬਟ ਇਟ ਵਿਲ ਸਟਾਰਟ ਅਗੇਨ ਔਰ ਜੇ ਤੁਸੀਂ ਮੋਰਗੇਜ ਵਾਸਤੇ ਵੀ ਹੈਲਪ ਚਾਹੀਦੀ ਹੈ ਅਗੇਨ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਹਰਪ੍ਰੀਤ ਜੀ ਹੈਗੇ ਆ ਕਮਲ ਜੀ ਹੈਗੇ ਆ ਮੈਂ ਆਪ ਹੈਗਾ ਹਾਂ ਬੀਇੰਗ ਇਨ ਟੂ ਟੀਮ ਵੀ ਆਰ ਆਲਰੇਡੀ ਡੀਲਿੰਗ ਵਿਦ ਮੋਰਗੇਜ ਸਪੈਸ਼ਲਿਸਟ ਵੀ ਆਰ ਆਲਰੇਡੀ ਡੀਲਿੰਗ ਵਿਦ ਇੰਸ਼ੋਰੈਂਸ ਪੀਪਲ ਰਾਈਟ ਸੋ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਅਸੀਂ ਤੁਹਾਡੀ ਉਹ 'ਚ ਵੀ ਹੈਲਪ ਕਰ ਦਾਂਗੇ ਵੀ ਡੋਂਟ ਡੂ ਇਟ ਬਟ ਵੀ ਹੈਵ ਅ ਟੀਮ ਰਾਈਟ ਰਾਈਟ ਸੋ ਅਸੀਂ ਉਸ ਟੀਮ ਜਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਹਾਨੂੰ ਕੋਈ ਇਹ ਪ੍ਰੋਬਲਮ ਨਹੀਂ ਆਏਗੀ ਕਿ ਮੈਂ ਇੱਕ ਘਰ ਲੈਣਾ ਹੈਗਾ ਆ ਇਹ ਨਹੀਂ ਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਆਹ ਕਰ ਲਓ ਵੀ ਵਿਲ ਗਿਵ ਯੂ ਅ ਗਾਈਡੈਂਸ ਕਈ ਲੋਕ ਆਉਂਦੇ ਆ ਸਾਡੇ ਕੋਲ ਕਹਿੰਦੇ ਸਾਨੂੰ ਭਾਅ ਜੀ 3 bedroom ਚਾਹੀਦਾ ਹੈਗਾ ਆ ਰਾਈਟ 2 washroom ਫੁੱਲ ਚਾਹੀਦੇ ਹੈਗੇ ਆ ਆਪਣਾ ਅਪਰ ਫਲੋਰ ਤੇ ਇੱਕ ਬੇਸਮੈਂਟ ਡਿਵੈਲਪ ਹੋਵੇ ਸੋ ਸਮਥਿੰਗ ਲਾਈਕ ਦੈਟ ਹਰ ਇੱਕ ਬੰਦੇ ਦੀ ਆਪਣੀ ਰਿਕੁਆਇਰਮੈਂਟ ਹੁੰਦੀ ਹੈ ਸੋ ਵੀ ਵਿਲ ਹੈਲਪ ਯੂ ਐਜ਼ ਪਰ ਦ ਨੀਡ ਮੈਂ ਇੱਕ ਦੋ ਚੀਜ਼ਾਂ ਦੇਖਦਾ ਜੀ ਮੈਂ ਪਰਸਨਲ ਆਪਣੇ ਐਕਸਪੀਰੀਅੰਸ ਦੇ ਨਾਲ ਕਹਿੰਦਾ ਕਿ ਕਈ ਲੋਕਾਂ ਦੀ ਨਾ ਇੱਕ ਡਿਮਾਂਡ ਆਉਂਦੀ ਹੈ ਕਿ ਮੈਨੂੰ ਲੋਟ ਦਵਾ ਦਿਓ ਜੀ ਤੁਸੀਂ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਘਰ ਬਣਾ ਲਾਂ ਬਿਲਕੁਲ ਬਿਲਕੁਲ ਦੂਜੇ ਪਾਸੇ ਇੱਕ ਗੱਲ ਹੁੰਦੀ ਹੈ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਬਿਲਡਰ ਤੋਂ ਬਣਿਆ ਬਣਾਇਆ ਘਰ ਲੈ ਲਵਾਂ ਇੱਕ ਕਹਿੰਦਾ ਮੈਂ ਲੋਟ ਲੈ ਕੇ ਬਿਲਡਰ ਤੋਂ ਘਰ ਬਣਾਵਾਂ ਕਾਫੀ ਤਿੰਨ ਚੀਜ਼ਾਂ ਨੇ ਇੱਕ ਬੰਦਾ ਕਹਿੰਦਾ ਮੈਂ ਲੋਟ ਲੈ ਕੇ ਆਪ ਘਰ ਬਣਾਵਾਂ ਇੱਕ ਕਹਿੰਦਾ ਮੈਂ ਲੋਟ ਲੈ ਕੇ ਬਿਲਡਰ ਤੋਂ ਘਰ ਬਣਾਵਾਂ ਇੱਕ ਕਹਿੰਦਾ ਮੈਂ ਬਣਿਆ ਬਣਾਇਆ ਘਰ ਲਵਾਂ ਤਿੰਨਾਂ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਦਾ ਵੀ ਕੀ ਪ੍ਰੈਫਰ ਕਰਦੇ ਹੋ ਤੁਸੀਂ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਉਹ ਜ਼ਿਆਦਾ ਟਫ ਹੈ ਵੀ ਮੈਂ ਆਪਣਾ ਲੋਟ ਲਵਾਂ ਪਹਿਲਾਂ ਫਿਰ ਮੈਂ ਆਪ ਘਰ ਬਣਾਵਾਂ ਜਾਂ ਲੋਟ ਲੈ ਕੇ ਕਿਸੇ ਬਿਲਡਰ ਤੋਂ ਘਰ ਬਣਾਵਾਂ ਜਾਂ ਕਿਸੇ ਬਿਲਡਰ ਦਾ ਬਣਿਆ ਬਣਾਇਆ ਘਰ ਲਵਾਂ ਇਹਦਾ ਤਿੰਨਾਂ ਦੇ ਵਿੱਚ ਕੀ ਡਿਫਰੈਂਸ ਲੱਗਦਾ ਭਾਅ ਜੀ ਪਹਿਲੀ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਸਾਰੀ ਤਰੀਕੇ ਦੀ ਪ੍ਰੋਪਰਟੀ ਨਾਲ ਡੀਲ ਕਰ ਰਹੇ ਹਾਂ 4 closure ਪ੍ਰੋਪਰਟੀਜ਼ ਵੀ ਸਾਡੇ ਕੋਲ ਹੈਗੀਆਂ ਨੇ ਰਾਈਟ ਬਿਲਡਰਸ ਹਰ ਇੱਕ ਬਿਲਡਰ ਨਾਲ ਅਸੀਂ ਡੀਲ ਕਰ ਰਹੇ ਹਾਂ ਮਾਰਕੀਟ 'ਚ ਇਹ ਨਹੀਂ ਕਿ ਅਸੀਂ ਇੱਕ ਸਪੈਸੀਫਿਕ ਬਿਲਡਰ ਨਾਲ ਏਰੀਆ ਵਾਈਜ਼ ਦੇਰ ਆਰ ਲੋਟ ਆਫ ਬਿਲਡਰਸ ਇਨ ਦ ਮਾਰਕੀਟ ਰਾਈਟ ਅਸੀਂ ਸਭ ਬਿਲਡਰਸ ਨਾਲ ਹੀ ਕੰਮ ਕਰ ਰਹੇ ਹਾਂ ਜੀ ਰਾਈਟ ਮੈਨੂੰ ਪਰਟੀਕੁਲਰਲੀ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ 60+ ਬਿਲਡਰ ਜਾਣਦੇ ਆ ਸ਼ਹਿਰ ਦੇ ਵਿੱਚ ਜਿਹੜੇ ਆਲਰੇਡੀ ਘਰ ਬਣਾ ਰਹੇ ਨੇ ਰਾਈਟ ਸੋ ਵੀ ਮਾਈਟ ਬੀ ਕਮਿੰਗ ਅਪ ਵਿਦ ਅਨਦਰ ਪ੍ਰੋਜੈਕਟ ਲਾਈਕ ਕਿਸੇ ਬਿਲਡਰ ਨਾਲ ਸਾਡਾ ਮੇਰਾ ਆਪਣਾ ਪਰਸਨਲ ਟਾਈਅਪ ਦੀ ਗੱਲ ਕਰ ਰਿਹਾ ਮੈਂ ਸੋ ਇਫ ਆਈ ਗੈਟ ਦੈਟ ਟਾਈਅਪ ਡੈਫੀਨੇਟਲੀ ਮੈਂ ਉਹ ਵੀ ਨਾਲ ਕਰਾਂਗੇ ਸੋ ਜਿੱਥੇ ਤੱਕ ਹੁਣ ਤੁਸੀਂ ਗੱਲ ਕੀਤੀ ਈਵਨ ਇਨਫਿਲ ਪ੍ਰੋਪਰਟੀਜ਼ ਇਨਫਿਲ ਪ੍ਰੋਪਰਟੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਇਸ ਟਾਈਮ ਰਾਈਟ ਲੋਕ ਕੀ ਕਰ ਰਹੇ ਆ ਵੱਡੇ ਲੋਟ ਸੀਗੇ ਪਹਿਲੇ ਪੁਰਾਣੇ ਉਹ ਲੋਟ ਨੂੰ ਡਿਮੋਲਿਸ਼ ਕਰਕੇ ਦੇ ਆਰ ਬਿਲਡਿੰਗ ਟ੍ਰਾਈਪਲੈਕਸ 4 plex ਰਾਈਟ ਉਹਦੇ ਵਿੱਚ ਲਾਈਕ ਡਿਮਾਂਡ ਓਬਵੀਅਸਲੀ ਜ਼ਿਆਦਾ ਹੈਗੀ ਹੈ ਬਿਕੋਜ਼ ਇਨਵੈਂਟਰੀ ਘੱਟ ਹੈ ਮਾਰਕੀਟ ਦੇ ਵਿੱਚ ਰਾਈਟ ਸੋ ਇਫ ਯੂ ਆਰ ਲੁਕਿੰਗ ਫੋਰ ਸਮਥਿੰਗ ਇਨ ਸਮ ਕਾਈਂਡ ਆਫ ਇਨਵੈਸਟਮੈਂਟ ਲਾਈਕ 4 closure ਪ੍ਰੋਪਰਟੀਜ਼ ਔਰ ਇਨਫਿਲ ਪ੍ਰੋਪਰਟੀਜ਼ ਹਰਪ੍ਰੀਤ ਜੀ ਮੀ ਐਂਡ ਕਮਲ ਵਿਲ ਬੀ ਡੈਫੀਨੇਟਲੀ ਬੀ ਏਬਲ ਟੂ ਹੈਲਪ ਯੂ ਇਨ ਦੈਟ ਆਲਸੋ ਜੀ ਬਿਲਕੁਲ ਹੁਣ ਜਦੋਂ ਤੁਸੀਂ ਗੱਲ ਕੀਤੀ ਘਰ ਬਣਾਉਣ ਦੀ ਰਾਈਟ ਜਦੋਂ ਤੁਸੀਂ ਕਹਿ ਰਹੇ ਹੋ ਕਿ ਵੀ ਕਿਹੜਾ ਕਿ ਹਰ ਬੰਦੇ ਦੀ ਭਾਅ ਜੀ ਪੋਕਿਟ ਦੇ ਉੱਤੇ ਡਿਪੈਂਡ ਕਰਦਾ ਰਾਈਟ ਜੇ ਤੁਸੀਂ ਘਰ ਡਿਮੋਲਿਸ਼ ਕਰਕੇ ਦੁਬਾਰਾ ਬਣਾਉਂਦੇ ਠੀਕ ਕੀ ਰਹਿੰਦਾ ਮਤਲਬ ਕਿ ਆਪ ਘਰ ਬਣਾਇਆ ਠੀਕ ਰਹਿੰਦਾ ਜਾਂ ਬਿਲਡਰ ਤੋਂ ਲਿਆ ਘਰ ਠੀਕ ਰਹਿੰਦਾ ਕੀ ਠੀਕ ਭਾਅ ਜੀ ਹਰ ਚੀਜ਼ ਦੇ ਆਪਣੇ ਆਪਣੇ ਕੰਸੀਕੁਐਂਸਿਸ ਨੇ ਜੇ ਤੁਸੀਂ ਆਪ ਘਰ ਬਣਾਉਂਗੇ ਲੈਟਸ ਸੇ ਤੁਸੀਂ ਘਰ ਬਣਾਉਂਦੇ ਹੋ ਉਹਦੇ ਵਿੱਚ ਤੁਹਾਨੂੰ ਵਾਰੰਟੀਜ਼ ਲੈਣੀਆਂ ਪੈਂਦੀਆਂ ਨੇ ਬਿਲਡਰ ਵਾਰੰਟੀ ਲੈਣੀ ਪੈਂਦੀ ਹੈ ਯੂ ਨੋ ਆਪਣਾ ਕਹਿੰਦੇ ਨੇ ਜੇ ਤੁਸੀਂ ਬਿਲ ਆਪਣੇ ਲਈ ਬਣਾ ਰਹੇ ਹੋ ਦੈਟਸ ਅ ਡਿਫਰੈਂਟ ਥਿੰਗ ਜੇ ਬਣਾ ਕੇ ਵੇਚਣਾ ਹੈ ਦੈਟਸ ਅ ਡਿਫਰੈਂਟ ਥਿੰਗ ਰਾਈਟ ਉਹਦੇ ਵਿੱਚ ਐਜ਼ ਅ ਬਿਲਡਰ ਤੁਹਾਨੂੰ ਬਣਾਉਣਾ ਪੈਂਦਾ ਹੈ ਫਿਰ ਉਹ ਘਰ ਜੇ ਤੁਸੀਂ ਬਿਲਡਰ ਤੋਂ ਬਣਾਉਂਦੇ ਹੋ ਡੈਫੀਨੇਟਲੀ ਉਹਦਾ ਇੱਕ ਐਡਵਾਂਟੇਜ ਇਹ ਹੈਗਾ ਆ ਕਿ ਤੁਸੀਂ ਆਪਣੀ ਪਸੰਦ ਦਾ ਕਈ ਲੋਕ ਕਸਟਮ ਬਿਲਡਰਸ ਨੇ ਰਾਈਟ ਸੋ ਤੁਸੀਂ ਆਪਣੇ ਘਰ ਦਾ ਪਸੰਦ ਦਾ ਘਰ ਬਣਾ ਸਕਦੇ ਹੋ ਕਿ ਮੈਨੂੰ ਆਪਣਾ ਡਿਜ਼ਾਈਨ ਪਸੰਦ ਹੈ ਜਾਂ ਕੋਈ ਬਿਲਡਰ ਦਾ ਡਿਜ਼ਾਈਨ ਦੇ ਵਿੱਚ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਹੋ ਦੈਟਸ ਅਨਦਰ ਐਡਵਾਂਟੇਜ ਰਾਈਟ ਤੇ ਜੇ ਤੁਸੀਂ ਡਿਮੋਲਿਸ਼ ਕਰਕੇ ਬਣਾਉਂਦੇ ਹੋ ਉਹ ਤਾਂ ਤੁਹਾਡੇ ਲਈ ਇੱਕ ਐਡਵਾਂਟੇਜ ਹੈ ਕਿ ਤੁਸੀਂ ਪੁਰਾਣਾ ਘਰ ਲੈ ਕੇ ਡਿਮੋਲਿਸ਼ ਕਰਕੇ ਬਣਾ ਸਕਦੇ ਹੋ ਇਟ ਟੋਟਲੀ ਡਿਪੈਂਡਸ ਔਨ ਕਸਟਮਰ ਉਹਨੂੰ ਕੀ ਉਹਦੀ ਕੀ ਨੀਡ ਹੈਗੀ ਹੈ ਰਾਈਟ ਅੱਛਾ ਇੱਕ ਤੁਸੀਂ ਇਨਫਿਲ ਦੀ ਗੱਲ ਕੀਤੀ ਸੀਗੀ ਕਿ ਇਨਫਿਲ ਪ੍ਰੋਪਰਟੀਜ਼ ਦੇ ਵਿੱਚ ਵੀ ਤੁਸੀਂ ਡੀਲ ਕਰਦੇ ਹੋ ਕਿ ਇਨਫਿਲ ਪ੍ਰੋਪਰਟੀਜ਼ ਕਿਤੇ ਵੀ ਅਸੀਂ ਬਣਾ ਸਕਦੇ ਹਾਂ ਜਾਂ ਇਨਫਿਲ ਪ੍ਰੋਪਰਟੀਜ਼ ਦਾ ਕੁਝ ਪਾਰਟੀਕੂਲਰ ਏਰੀਆ ਹੁੰਦਾ ਹੈ ਹੁਣ ਕਈ ਦਫਾ ਅਸੀਂ ਦੇਖਦੇ ਹਾਂ ਵੀ ਪੁਰਾਣੇ ਘਰਾਂ ਦੇ ਵਿੱਚ ਲੋਟਸ ਬਹੁਤ ਵੱਡੇ ਵੱਡੇ ਹੁੰਦੇ ਨੇ ਕਿ ਕੋਈ ਵੀ ਪੁਰਾਣਾ ਘਰ ਅਸੀਂ ਦੇਖੀਏ ਤਾਂ ਉੱਥੇ ਅਸੀਂ ਇਨਫਿਲ ਜਿਹੜਾ ਹੈਗਾ ਬਣਾ ਸਕਦੇ ਹਾਂ ਇਹਦਾ ਕੀ ਪ੍ਰੋਸੈਸ ਕੀ ਹੁੰਦਾ ਵੀ ਕੋਈ ਪਾਰਟੀਕੂਲਰ ਏਰੀਆ ਹੁੰਦਾ ਭਾਜੀ ਪਾਰਟੀਕੂਲਰ ਏਰੀਆ ਹਰ ਏਰੀਆ ਦੀ ਆਪਣੀ ਰਿਕੁਆਇਰਮੈਂਟਸ ਹੈਗੀਆਂ ਨੇ ਖਾਸ ਕਰ ਜਿਹੜਾ ਪੁਰਾਣਾ ਏਰੀਆ ਹੈਗੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਰਿਕੁਆਇਰਮੈਂਟਸ ਨਹੀਂ ਹੁੰਦੀਆਂ ਨਵੇਂ ਏਰੀਆ ਦੇ ਵਿੱਚ ਰਿਕੁਆਇਰਮੈਂਟਸ ਹੁੰਦੀਆਂ ਕਿਉਂਕਿ ਆਪਣਾ ਕਹਿੰਦੇ ਸਿਟੀ ਦੀ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ ਉਹ ਫੁਲਫਿਲ ਕਰਨੀਆਂ ਪੈਂਦੀਆਂ ਵੀ ਹੈਵ ਟੂ ਗੋ ਐਜ਼ ਪਰ ਦਾ ਸਿਟੀ ਨੋਰਮਸ ਓਕੇ ਇਹ ਨਹੀਂ ਹੈਗਾ ਕਿ ਤੁਸੀਂ ਕਿਤੇ ਮਰਜ਼ੀ ਕਿੱਦਾਂ ਦਾ ਵੀ ਘਰ ਬਣਾ ਲਓਗੇ ਸੋ ਯੂ ਹੈਵ ਟੂ ਗੋ ਐਜ਼ ਪਰ ਦਾ ਸਿਟੀ ਨੋਰਮਸ ਹੁਣ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਹਾਂ ਆਪਾਂ ਨਵੇਂ ਏਰੀਆ 'ਚ ਰਹਿੰਦੇ ਹਾਂ ਉੱਥੇ ਕਲਰ ਕੰਬੀਨੇਸ਼ਨ ਜਿਹੜੇ ਹੈਗੇ ਪਰਟੀਕੂਲਰਲੀ ਸਿਲੈਕਟ ਕਰਨੇ ਪੈਂਦੇ ਆ ਬੇਸਡ ਔਨ ਦੈਟ ਦੇਰ ਆਰ ਡਿਫਰੈਂਟ ਥਿੰਗਸ ਰਾਈਟ ਯਾ ਸੋ ਬੇਸਿਕਲੀ ਜਦੋਂ ਆਪਾਂ ਇਨਫਿਲ ਦੀ ਗੱਲ ਕਰ ਰਹੇ ਹੈਗੇ ਹਾਂ ਜੇ ਤੁਸੀਂ ਕੋਈ ਪ੍ਰੋਪਰਟੀ ਡਿਮੋਲਿਸ਼ ਕਰਕੇ ਬਣਾਉਣੀ ਹੈਗੀ ਹੈ ਡੈਫੀਨੇਟਲੀ ਵੀ ਹੈਵ ਟੂ ਟੇਕ ਪਰਮਿਸ਼ਨ ਫਰੋਮ ਦ ਸਿਟੀ ਓਬਵੀਅਸਲੀ ਰਾਈਟ ਫਿਰ ਸਿਟੀ ਤੋਂ ਪਰਮਿਸ਼ਨ
ਤਾਂ ਦੋਸਤੋ ਅਸੀਂ ਲਾਸਟ ਦੇ ਵਿੱਚ ਇੱਕ ਮੈਸੇਜ ਜ਼ਰੂਰ ਲਵਾਂਗੇ, ਇਸ ਤੋਂ ਪਹਿਲਾਂ ਤੁਸੀਂ ਹੈਰੀ ਨਕਈ ਜੀ ਦਾ ਫੋਨ ਨੰਬਰ ਨੋਟ ਕਰ ਸਕਦੇ ਹੋ 7802630085। ਐਵਰੀ ਵੀਕ ਟਿਊਜ਼ਡੇ ਨੂੰ ਤੁਹਾਡੇ ਨਾਲ ਅਸੀਂ ਜਿਹੜੀ ਹੈਗੀ ਹੈ ਹੈਰੀ ਜੀ ਨੂੰ ਬੁਲਾ ਕੇ ਇਹਨਾਂ ਦੀ ਟੀਮ ਦੇ ਵਿੱਚੋਂ ਕਿਸੇ ਮੈਂਬਰ ਨੂੰ ਬੁਲਾ ਕੇ ਤੁਹਾਡੇ ਨਾਲ ਜ਼ਰੂਰ ਕੁਝ ਗੱਲਾਂ ਬਾਤਾਂ ਸ਼ੇਅਰ ਕਰਦੇ ਰਹਾਂਗੇ। ਲੇਕਿਨ ਰੈਗੂਲਰ ਸਾਡੇ ਹਨੀ ਵਾਲੀਆ ਸ਼ੋਜ਼ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਹਨੀ ਵਾਲੀਆ ਸ਼ੋਜ਼ ਐਲਬਰਟਾ ਐਡਮਿੰਟਨ ਦੇ ਸਾਡੇ ਜਿੰਨੇ ਵੀ ਵਿਊਅਰਸ ਨੇ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਬੈਠੇ ਨੇ ਤਾਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਸ਼ੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਘਰੇ ਬੈਠੇ ਬਿਠਾਏ ਜਿੰਨੇ ਵੀ ਲੋਕ ਨੇ ਜਾਂ ਅਲੱਗ ਅਲੱਗ ਟੋਪਿਕਸ ਅਸੀਂ ਡਿਸਕਸ ਕਰਦੇ ਹਾਂ ਤਾਂ ਤੁਸੀਂ ਇਹਨਾਂ ਸ਼ੋਜ਼ ਦੇ ਰਾਹੀਂ ਫਾਇਦਾ ਚੁੱਕ ਸਕੋ। ਤੁਸੀਂ ਵੀ ਇਸ ਸ਼ੋਅ ਦਾ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਕੰਟੈਕਟ ਵੀ ਕਰ ਸਕਦੇ ਹੋ। ਮੈਸੇਜ ਕੀ ਕਹਿਣਾ ਚਾਹੁੰਦੇ ਹੋ ਹਰੀ ਭਾਅ ਜੀ? ਭਾਅ ਜੀ ਮੈਸੇਜ ਮੈਂ ਤੁਹਾਨੂੰ ਆਪਣੇ ਵਿਊਅਰਸ ਨੂੰ ਇਹੀ ਦੇਣਾ ਚਾਹੂੰਗਾ ਸਾਰਿਆਂ ਨੂੰ ਕਿ ਦੇਖੋ ਜੀ, ਇੱਕ ਫਸਟ ਆਫ ਆਲ ਵੀ ਆਰ ਵਰਕਿੰਗ ਐਜ਼ ਅ ਟੀਮ, ਰਾਈਟ? ਟੀਮ ਦੇ ਵਿੱਚ ਕੀ ਹੈਗਾ ਆ, ਵੀ ਹੈਵ ਡਿਵੈਲਪਡ ਅ ਡਿਫਰੈਂਟ ਕਾਈਂਡ ਆਫ ਅ ਪ੍ਰੋਜੈਕਟ ਫੋਰ ਅਸ, ਜਿਹਦੇ ਵਿੱਚ ਸਾਡੇ ਲਈ ਵੀ ਇੱਕ ਨਿਊ ਪ੍ਰੋਜੈਕਟ ਹੈਗਾ, ਬਟ ਇਟ ਇਜ਼ ਡਿਫਰੈਂਟ ਵਟ ਵੀ ਆਰ ਵਰਕਿੰਗ ਥਰੂ। ਸੋ ਵਟ ਵੀ ਆਰ ਡੂਇੰਗ ਇਜ਼ ਕੱਟ ਅਗੇਨ। ਓਕੇ ਭਾਅ ਜੀ, ਮੈਂ ਮੈਸੇਜ ਵਾਸਤੇ ਤਾਂ ਆਪਣੇ ਵਿਊਅਰਸ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਵੇਂ ਹੁਣ ਅਸੀਂ ਟੀਮ 'ਚ ਕੰਮ ਕਰ ਰਹੇ ਹੈਗੇ ਹਾਂ, ਸਾਡਾ ਅਸੀਂ ਸਟੈਪ ਬਾਏ ਸਟੈਪ ਫੋਲੋ ਕਰਦੇ ਹਾਂ ਆਪਣੇ ਕੰਮ ਨੂੰ। ਸੋ ਵਟ ਵੀ ਆਰ ਡੂਇੰਗ ਇਜ਼ ਕਿ ਜਿਵੇਂ ਅਸੀਂ ਪਹਿਲਾਂ ਕਸਟਮਰ ਨੂੰ ਮਿਲਦੇ ਹਾਂ, ਮਿਲ ਕੇ ਉਹਦੇ ਨਾਲ ਬੈਠਦੇ ਹਾਂ, ਉਹਦੀ ਨੀਡਸ ਦੇਖਦੇ ਹਾਂ ਕਿ ਉਹਦੀ ਨੀਡਸ ਕੀ ਹੈਗੀਆਂ ਨੇ, ਰਾਈਟ? ਉਹ ਡਿਊਪਲੈਕਸ ਲੈਣਾ ਚਾਹੁੰਦਾ, ਉਹ ਸਿੰਗਲ ਫੈਮਿਲੀ ਘਰ ਲੈਣਾ ਚਾਹੁੰਦਾ, ਉਹਦਾ ਬਜਟ ਕੀ ਹੈਗਾ ਆ, ਰਾਈਟ? ਵੰਸ ਵੀ ਡਿਸਕਸ ਦੈਟ, ਫਿਰ ਵੀ ਆਰ, ਬਿਕੋਜ਼ ਵੀ ਆਰ ਵਰਕਿੰਗ ਐਜ਼ ਅ ਰੀਅਲਟਰ, ਵੀ ਹੈਵ ਯੂ ਨੋ ਆਵਰ ਲਿਸਟਿੰਗ ਐਜ਼ ਵੈਲ ਐਜ਼ ਜਿਹੜੀ ਲਿਸਟਿੰਗ ਸਾਡੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਨੇ। ਸੋ ਵਟ ਵੀਲ ਡੂ ਇਜ਼ ਵਿਲ ਗੋ ਥਰੂ ਆਲ ਦਾ ਲਿਸਟਿੰਗਸ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਫਿਰ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਉਹਨਾਂ ਦੀ ਘਰ ਦਾ ਪਸੰਦ ਕਰ ਦਿੰਦੇ ਹਾਂ। ਇਟਸ ਬੇਸਿਕਲੀ ਕਿ ਵਟ ਇਜ਼ ਦੇਅਰ ਨੀਡ, ਇਟਸ ਨੋਟ ਕਿ ਮੇਰੀ ਵਾਂਟ ਕੀ ਹੈਗੀ ਹੈ ਕਿ ਮੈਨੂੰ ਆਹ ਘਰ ਚਾਹੀਦਾ, ਇੱਕ ਘਰ ਚਾਹੀਦਾ, ਮੇਰੀ ਨੀਡ ਕੀ ਹੈਗੀ ਹੈ, ਮੇਰੀ ਰਿਕੁਆਇਰਮੈਂਟ ਕੀ ਹੈਗੀ, ਮੇਰੀ ਫੈਮਿਲੀ ਦੀ ਕੀ ਰਿਕੁਆਇਰਮੈਂਟ ਹੈਗੀ ਹੈ। ਸੋ ਬੇਸਡ ਔਨ ਦੈਟ, ਸੈਕਿੰਡ ਮੇਰਾ ਮੈਸੇਜ ਇਹ ਹੈਗਾ ਕਿ ਹੋ ਸਕਦਾ ਹੈ ਕਿ ਵੀ ਤੁਸੀਂ ਆਪਣੇ ਇੱਕ ਮੋਰਗੇਜ ਸਪੈਸ਼ਲਿਸਟ ਨਾਲ ਕੰਮ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈਗੀ ਹੈ, ਅਤੇ ਤੁਸੀਂ ਮੋਰਗੇਜ ਸਪੈਸ਼ਲਿਸਟ ਨਾਲ ਕੰਮ ਕਰੋ ਅਤੇ ਸਾਨੂੰ ਦੱਸੋ ਕਿ ਆਹ ਮੇਰਾ ਮੋਰਗੇਜ ਹੈਗੀ, ਮੇਰੀ ਪ੍ਰੀ ਅਪਰੂਵਲ ਹੋ ਗਈ ਹੈ। ਇਨ ਕੇਸ ਤੁਹਾਡੇ ਕੋਲ ਮੋਰਗੇਜ ਸਪੈਸ਼ਲਿਸਟ ਨਹੀਂ ਹੈਗਾ, ਯੂ ਵਾਂਟ ਟੂ ਵਰਕ ਗੈਟ ਆਲ ਦਾ ਬੈਨੀਫਿਟਸ ਅੰਡਰ ਵਨ ਰੂਫ, ਉਹਦੇ ਵਾਸਤੇ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਵਟ ਵੀ ਆਰ ਪਲੈਨਿੰਗ ਨਾਓ ਇਜ਼ ਅਹੈਡ ਆਫ ਟਾਈਮ ਕਿ ਅਸੀਂ ਇੱਕ ਹੀ ਆਫਿਸ ਦੇ ਵਿੱਚ ਮੋਰਗੇਜ ਸਪੈਸ਼ਲਿਸਟ, ਰੀਅਲਟਰ, ਰਾਈਟ, ਅਤੇ ਆਪਣਾ ਕਹਿੰਦੇ ਇੰਸ਼ੋਰੈਂਸ। ਸੋ ਵਟ ਵੀ ਆਰ ਡੂਇੰਗ ਇਜ਼ ਵੀ ਆਰ ਸਿਟਿੰਗ ਅੰਡਰ ਵਨ ਰੂਫ ਐਂਡ ਆਪਾਂ ਤੁਹਾਨੂੰ ਉਸ ਰੂਫ ਦੇ ਅੰਡਰ ਤੁਹਾਡੀ ਉਹ ਸਰਵਿਸਿਜ਼ ਵੀ ਪ੍ਰੋਵਾਈਡ ਕਰਕੇ ਦੇਵਾਂਗੇ। ਵੀ ਆਰ ਰੀਅਲਟਰ, ਵੀ ਕੈਨੋਟ ਡੂ ਦੈਟ, ਬਟ ਵੀ ਹੈਵ ਅ ਟੀਮ ਹੂ ਕੈਨ ਹੈਲਪ ਯੂ ਆਊਟ ਇਨ ਦੈਟ। ਸੋ ਵੀ ਆਰ ਵਰਕਿੰਗ ਐਜ਼ ਅ ਟੀਮ ਫੋਰ ਦੈਟ। ਜੀ ਬਿਲਕੁਲ ਜੀ, ਬਹੁਤ ਬਹੁਤ ਥੈਂਕਸ ਤੁਹਾਡਾ, ਬਹੁਤ ਬਹੁਤ ਧੰਨਵਾਦ। ਤਾਂ ਦੋਸਤੋ ਤੁਸੀਂ ਸਾਡੇ ਇਹਨਾਂ ਸ਼ੋਜ਼ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ, ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਨਾਲ ਦੀ ਨਾਲ ਸਾਡੇ ਗੈਸਟ ਆਉਂਦੇ ਨੇ, ਸਾਡੇ ਜਿਹੜੇ ਵਿਊਅਰਸ ਨੂੰ ਇੰਨੀ ਵਧੀਆ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ, ਅਤੇ ਵਿਊਅਰਸ ਸਾਡੇ ਤੱਕ ਕਮੈਂਟਸ ਭੇਜਦੇ ਨੇ, ਆਪਣੀ ਰਿਕੁਆਇਰਮੈਂਟਸ ਭੇਜਦੇ ਨੇ, ਕਿਸ ਤਰ੍ਹਾਂ ਦੇ ਸ਼ੋਜ਼ ਦੇ ਵਿੱਚ ਤੁਹਾਨੂੰ ਕੋਈ ਕਮੀ ਲੱਗਦੀ ਹੈ, ਤੁਹਾਨੂੰ ਸਾਨੂੰ ਜ਼ਰੂਰ ਲਿਖ ਸਕਦੇ ਹੋ। ਸਾਡਾ ਇਹੀ ਇਸ ਪ੍ਰੋਗਰਾਮ ਦੇ ਰਾਹੀਂ ਹਮੇਸ਼ਾ ਕਹਿਣਾ ਕਿ ਅਸੀਂ ਕਿਸੇ ਨੂੰ ਵੀ ਇਸ ਪ੍ਰੋਗਰਾਮ ਦੇ ਰਾਹੀਂ ਗਲਤ ਜਾਂ ਸਹੀ ਠਹਿਰਾਉਣ ਦੇ ਲਈ ਨਹੀਂ ਬੈਠੇ ਹੁੰਦੇ, ਜਸਟ ਸਾਡੇ ਐਕਸਪਰਟ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ, ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।